ਜ਼ਿਲ੍ਹਾ ਫਿਰੋਜ਼ਪੁਰ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਦੇ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ, ਜਿਹਨੂੰ ਲੈ ਕੇ ਲੋਕ ਜਿਹੜੇ ਆ ਕਾਫੀ ਪਰੇਸ਼ਾਨ ਜਿਹੜੇ ਨਜ਼ਰ ਆ ਰਹੇ ਨੇ। ਲੇਕਿਨ ਹੁਣ ਜਿਹੜੀ ਆ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਸਿਵਲ ਹੋਸਪਿਟਲ ਫਿਰੋਜ਼ਪੁਰ ਜਿਹੜਾ ਆਈ ਸੈਂਟਰ ਹੈਗਾ ਉਹਦੇ ਵਿੱਚ ਵੀ ਜਿਹੜੀਆਂ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ, ਜੋ ਇੱਕ ਮੁਸੀਬਤ ਦਾ ਸਬਬ ਬਣੀਆਂ ਹੋਈਆਂ ਨੇ ਡਾਕਟਰਾਂ ਵਾਸਤੇ, ਜਿਹੜੇ ਸਟਾਫ ਵਾਸਤੇ, ਕਿਉਂਕਿ ਚੋਰ ਜਿਹੜੇ ਆ ਉਹ ਇੱਥੇ ਹੱਥ ਜਿਹੜੇ ਆਪਣੇ ਸਾਫ ਕਰਦੇ ਪਏ ਆ ਅਤੇ ਲੱਖਾਂ ਰੁਪਏ ਦੀ ਜਿਹੜੀ ਚੋਰੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਹੋ ਗਈ ਆ। ਲੇਕਿਨ ਪੁਲਿਸ ਪ੍ਰਸ਼ਾਸਨ 'ਤੇ ਵੀ ਇਹ ਸਵਾਲ ਉੱਠਦੇ ਆ ਵੀ ਐਡੀ ਵੱਡੀ ਜੋ ਚੋਰੀਆਂ ਜਿਹੜੀਆਂ ਹੋ ਰਹੀਆਂ ਨੇ ਉਹਦੇ 'ਤੇ ਕਿਉਂ ਜਿਹੜੀ ਰੋਕਥਾਮ ਨਹੀਂ ਲੱਗ ਰਹੀ, ਕਿਉਂਕਿ ਲੋਕ ਜਿਹੜੇ ਪਰੇਸ਼ਾਨ ਨੇ ਹੁਣ ਵੀ ਕਹਿ ਸਕਦੇ ਆ ਵੀ ਜੋ ਮਰੀਜ਼ਾਂ ਦੇ ਇਸਤੇਮਾਲ ਹੋਣ ਵਾਲੀਆਂ ਜਿਹੜੀਆਂ ਸਹੂਲਤਾਂ ਮਿਲਦੀਆਂ ਸੀ ਮਰੀਜ਼ਾਂ ਨੂੰ, ਉਹ ਜਿਹੜੇ ਸਮਾਨ ਹੈ ਉਹ ਚੋਰੀ ਹੁੰਦੇ ਜਾ ਰਹੇ ਨੇ ਅਤੇ ਉਹ ਜਿਹੜੀਆਂ ਚੋਰੀਆਂ ਕਰ ਕਰਕੇ ਚੋਰ ਜਿਹੜੇ ਆ ਉਹ ਆਪਣਾ ਆਨੰਦ ਲੈਂਦੇ ਦਿਖਾਈ ਦੇ ਰਹੇ ਨੇ। ਵੀ ਕਹਿ ਸਕਦੇ ਵੀ ਹੋਸਪਿਟਲ ਜਿਹੜੀ ਆ ਉਹ ਉਹਨਾਂ ਦੇ ਟਾਰਗੇਟ 'ਤੇ ਜਿਹੜੇ ਚੋਰਾਂ ਦੇ ਉਹ ਦਿਖਾਈ ਦੇ ਰਿਹਾ, ਕਿਉਂਕਿ ਚੋਰਾਂ ਦਾ ਲਗਾਤਾਰ ਇੱਥੇ ਚੋਰੀਆਂ ਕਰਨਾ ਕੀ ਮਕਸਦ ਹੋ ਸਕਦਾ? ਕਿਉਂਕਿ ਉਹਨਾਂ ਦਾ ਵੀ ਕਹਿ ਸਕਦੇ ਆ ਵੀ ਜੇ ਡਾਕਟਰ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਕਹਿਣਾ ਵੀ ਜਿਹੜੇ ਕੀਮਤੀ ਸਮਾਨ ਹੈਗੇ ਜਿਵੇਂ ਏਸੀ ਵਗੈਰੇ ਹੈਗੇ ਉਹ ਵੀ ਜਿਹੜੇ ਇੱਥੋਂ ਚੁਰਾਏ ਜਾ ਰਹੇ ਨੇ, ਵੀ ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਜ਼ਰੂਰ ਕਰਦਾ, ਕਿਉਂਕਿ ਐਡੇ ਵੱਡੇ ਹੋਸਪਿਟਲ ਦੇ ਵਿੱਚ ਅਗਰ ਚੋਰੀਆਂ ਹੋ ਰਹੀਆਂ ਨੇ ਤਾਂ ਫਿਰ ਆਖਿਰ ਇਹਦੀ ਜ਼ਿੰਮੇਵਾਰੀ ਕਿਹਦੀ ਤੈਅ ਹੁੰਦੀ ਹੈ? ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਹੁੰਦੀ ਹੈ, ਡਾਕਟਰਾਂ ਦੀ ਹੁੰਦੀ ਹੈ, ਜਾਂ ਇੱਥੇ ਕੋਈ ਸਟਾਫ ਹੈ ਜਿਹਦੀ ਨਿਗਰਾਨੀ ਹੇਠ ਜਿਹੜਾ ਇਸ ਹੋਸਪਿਟਲ ਬਣਿਆ ਹੈ ਉਹਦੇ ਤਹਿਤ ਜਿਹੜੀ ਹੋਣੀ ਚਾਹੀਦੀ ਹੈ? ਕਿਉਂਕਿ ਐਡਾ ਵੱਡਾ ਹੋਸਪਿਟਲ ਦੀਆਂ ਬਿਲਡਿੰਗਾਂ ਬਣ ਗਈਆਂ ਨੇ, ਸਮਾਨ ਜਿਹੜੇ ਇੱਥੇ ਉਪਲਬਧ ਹੋ ਗਏ ਨੇ, ਲੇਕਿਨ ਉਹਦੀ ਦੇਖ ਰੇਖ ਵਾਸਤੇ ਕੋਈ ਵੀ ਜਿਹੜਾ ਇੱਥੇ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਜ਼ਰ ਹੀ ਨਹੀਂ ਪੈ ਰਿਹਾ। ਭਾਵੇਂ ਅਸਰ ਨੂੰ ਕਹਿੰਦੇ ਆ ਵੀ ਸਾਡੀਆਂ ਚੋਰੀਆਂ ਹੋਈਆਂ, ਸਾਡਾ ਨੁਕਸਾਨ ਹੋ ਰਿਹਾ, ਲੇਕਿਨ ਉਹਨੂੰ ਰੋਕਥਾਮ ਵਾਸਤੇ ਕਿਸ ਤਰ੍ਹਾਂ ਦੇ ਕਦਮ ਉਠਾਏ ਜਾ ਰਹੇ ਨੇ ਇਸ 'ਤੇ ਉਹ ਜਵਾਬ ਦਿੰਦੇ ਦਿਖਾਈ ਨਹੀਂ ਦੇ ਰਹੇ, ਕਿਉਂਕਿ ਉਹ ਕਹਿੰਦੇ ਵੀ ਸਾਡੇ ਕੋਲ ਵੀ ਇਹ ਕੋਈ ਵੀ ਮਤਲਬ ਇਸ ਤਰ੍ਹਾਂ ਦਾ ਇੰਤਜ਼ਾਮ ਨਹੀਂ ਹੈਗਾ ਵੀ ਜਦੋਂ ਇੱਥੇ ਕੋਈ ਡਿਊਟੀਆਂ ਕਰਕੇ ਜਾਂ ਡਿਊਟੀ ਵਿੱਚ ਲਗਾਈ ਜਾ ਸਕੇ ਵੀ ਜਿੱਥੇ ਇਹ ਚੋਰੀਆਂ ਰੋਕ ਸਕਣ। ਸਿਰਫ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਸ਼ਿਕਾਇਤ ਕਰ ਸਕਦੇ ਹਾਂ, ਉਹ ਕੀਤੀ ਸੀ ਅਤੇ ਪੁਲਿਸ ਪ੍ਰਸ਼ਾਸਨ ਆਪਣਾ ਇੱਥੇ ਜਾਂਚ ਵਾਸਤੇ ਆਈ ਸੀਗੀ, ਉਹ ਦੇਖ ਰੇਖ ਕਰਕੇ ਚਲੇ ਗਏ ਨੇ। ਲੇਕਿਨ ਚੋਰੀਆਂ ਨੂੰ ਰੋਕਥਾਮ ਵਾਸਤੇ ਕੀ ਕਦਮ ਉਠਾਏ ਜਾਣਗੇ ਇਸ ਦੇ ਸਵਾਲ 'ਤੇ ਜਿਹੜੇ ਉਹ ਚੁੱਪ ਕਰਦੇ ਦਿਖਾਈ ਦੇ ਰਹੇ। ਸਾਡੇ ਨਾਲ ਇੱਥੇ ਡਾਕਟਰ ਵੀ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਜਿਹੜੀਆਂ ਚੋਰੀਆਂ ਹੋਈਆਂ ਕਿੰਨੇ ਵਜੇ? ਇਹ ਰੋਜ਼ਾਨਾ ਸਾਡੇ ਲਗਭਗ 5-6 ਮਹੀਨੇ ਤੋਂ ਇਹ ਵਾਰਦਾਤਾਂ ਹੋ ਰਹੀਆਂ ਸਾਡੇ ਆਈ ਡਿਪਾਰਟਮੈਂਟ ਦੇ ਵਿੱਚ, ਔਰ ਸਾਡਾ ਬੜਾ ਕੀਮਤੀ ਸਾਜੋ ਸਮਾਨ ਇੱਥੇ ਹੈ। ਚੋਰ ਅਕਸਰ ਹੀ ਉੱਪਰ ਚੂੜੀਆਂ ਲਾ ਕੇ ਲੈ ਜਾਂਦੇ, ਜਿਹਦੇ ਨਾਲ ਫਲੱਡ ਦੀ ਸਥਿਤੀ ਬਣ ਜਾਂਦੀ ਹੈ ਫਸਟ ਫਲੋਰ ਦੇ ਉੱਤੇ, ਅਤੇ ਪਾਣੀ ਛੱਤ ਤੋਂ ਲੀਕ ਹੋ ਕੇ ਥੱਲੇ ਆਉਣਾ ਸ਼ੁਰੂ ਹੋ ਜਾਂਦਾ। ਉਹਦੇ ਨਾਲ ਕੀ ਹੁੰਦਾ, ਪੇਸ਼ੈਂਟ ਸਲਿਪ ਹੋਣ ਦਾ ਡਰ ਹੁੰਦਾ, ਹੋਰ ਕਿਸੇ ਕੈਜੂਅਲਿਟੀ ਹੋਣ ਦਾ ਡਰ ਹੁੰਦਾ। ਇਸ ਸੰਬੰਧੀ ਕਈ ਵਾਰੀ ਅਸੀਂ ਐਸਐਮਓ ਸਾਹਿਬ ਨੂੰ ਵੀ ਲਿਖੇ ਤਾਂ ਉਹਨਾਂ ਨੇ ਵੀ ਕਾਰਵਾਈ ਕੀਤੀ ਆ, ਉਹ ਡਰਮ ਪਲੰਬਰ ਨੂੰ ਭੇਜਦੇ ਨੇ, ਰਿਪੇਅਰ ਕਰਾ ਦਿੰਦੇ ਨੇ, ਸਾਰਾ ਕੁਛ ਠੀਕ ਹੋ ਜਾਂਦਾ, ਉਹ ਚੋਰ ਫਿਰ ਇਨਵੇਟ ਕਰ ਜਾਂਦੇ ਨੇ। ਏਸੀ ਤੱਕ ਵੀ ਚਲਾਏ ਜਾਂਦੇ? ਉਸ ਤੋਂ ਬਾਅਦ ਇੱਥੇ ਹੀ ਬੱਸ ਰਹੀ ਸਾਡੇ ਡਿਪਾਰਟਮੈਂਟ ਦੇ, ਕਈ ਵਾਰੀ ਕਈ ਏਸੀ ਚੋਰੀ ਹੋ ਚੁੱਕੇ ਨੇ, ਵਿੰਡੋ ਏਸੀ ਚੋਰੀ ਹੋਇਆ ਪਿੱਛੇ ਜੇ, ਇੱਕ ਏਸੀ ਸਪਲਿਟ ਏਸੀ ਸੀਗਾ ਉਹ ਸਾਡੇ ਆਈ ਡਿਪਾਰਟਮੈਂਟ 'ਚੋਂ ਉਤਾਰ ਕੇ ਲੈ ਗਏ, ਹੁਣ ਕੱਲ੍ਹ ਅੱਜ ਸਵੇਰ ਦੀ ਗੱਲ ਹੈਗੀ ਹੈ, ਬੈਟਰਾ ਉਤਾਰ ਕੇ ਲੈ ਗਏ ਨੇ, ਇਨਵਰਟਰ ਦਾ ਬੈਟਰਾ ਉਤਾਰ ਕੇ ਲੈ ਗਏ ਨੇ, ਔਰ ਉਹ ਐਸਿਡ ਇੰਨਾ ਡੇਂਜਰਸ ਹੈਗਾ, ਉਹਦਾ ਐਸਿਡ ਸਾਰਾ ਡੋਲ ਗਿਆ ਉਸ ਕੋਰਟ ਦੇ ਵਿੱਚ, ਉੱਥੇ ਲੱਖਾਂ ਕਰੋੜਾਂ ਰੁਪਏ ਦਾ ਸਮਾਨ ਪਿਆ ਸੀਗਾ। ਰੋਕਥਾਮ ਵਾਸਤੇ ਕੋਈ ਪ੍ਰਬੰਧ? ਹਾਂਜੀ, ਰੋਕਥਾਮ ਵਾਸਤੇ ਕੋਈ ਪ੍ਰਬੰਧ ਨਹੀਂ ਵੀ ਰੋਕੀ ਜਾ ਸਕੇ ਚੋਰੀਆਂ? ਇਹਦਾ ਤਾਂ ਸਿਕਿਉਰਿਟੀ ਹੋਣੀ ਚਾਹੀਦੀ ਜੀ, ਇੱਥੇ ਸਾਡੇ ਇੱਕ ਚੌਕੀਦਾਰ ਹੈਗੇ ਨੇ ਮਿਸਟਰ, ਮੈਨੂੰ ਤਾਂ ਨਾਂ ਨਹੀਂ ਪਤਾ, ਪਰ ਲੇਕਿਨ ਉਹ ਆਪਦੀ ਡਿਊਟੀ ਕਰਦੇ ਨੇ, ਉਹਨਾਂ ਨੂੰ ਅੱਜ ਅਸੀਂ ਪੁੱਛਿਆ ਸੀ ਤਾਂ ਉਹ ਕਹਿੰਦੇ ਵੀ ਮੈਂ ਤਾਂ ਸਾਰੀ ਰਾਤ ਜਾ ਕੇ ਕੱਟੀ ਹੈਗੀ ਆ, ਅਤੇ ਉਹਨਾਂ ਉਹ ਕਹਿੰਦੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਕਿਸ ਵੇਲੇ ਆ ਗਏ, ਲੇਕਿਨ ਉਹ ਆਪਦੇ ਵੱਲੋਂ ਜਸਟੀਫਾਈ ਕਰ ਰਹੇ ਕਿ ਮੈਂ ਆਪਦੀ ਡਿਊਟੀ ਪੂਰੀ ਕਰ ਰਿਹਾ ਹੈਗਾ। ਐਸਐਮਓ ਸਾਹਿਬ ਵੀ ਆਏ ਸੀਗੇ ਸਵੇਰੇ, ਸੁਪਰਵਾਈਜ਼ ਕਰਕੇ ਗਏ ਨੇ, ਸਾਰਾ ਚੈੱਕਅਪ ਕਰ, ਐਸਐਚਓ ਸਾਹਿਬ ਵੀ ਆਏ ਨੇ, ਲੇਕਿਨ ਬੜੀ ਪਰੇਸ਼ਾਨੀ ਹੈ। ਇਸ ਬਾਰੇ ਹੁਣ ਬੀਇੰਗ ਇੰਪਲਾਈ ਆਪਾਂ ਕੁਛ ਕਹਿਣਾ ਔਖਾ ਹੈਗਾ, ਕੁਛ ਵੀ ਹੋ ਸਕਦਾ ਜੀ, ਇਸ ਚੀਜ਼ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਬਾਕੀ ਸਾਨੂੰ ਤਾਂ ਇਹ ਹੈ, ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ ਹਾਂ,
ਅਤੇ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਦੀ ਅਤੇ ਮਰੀਜ਼ਾਂ ਦੇ ਹੱਕ ਦੀ ਗੱਲ ਕਰਾਂਗੇ। ਜੇ ਸਾਡਾ ਸਮਾਨ ਚੋਰੀ ਹੁੰਦਾ ਤਾਂ ਅਸੀਂ ਮਰੀਜ਼ ਕਿਵੇਂ ਦੇਖਾਂਗੇ? ਕੀਮਤੀ ਸਮਾਨ ਜਿਹੜੇ ਨਸ਼ਈ ਜਿਹੜੇ ਆ ਕੇ ਚੱਕ ਕੇ ਲੈ ਜਾਂਦੇ, ਉਹ ਤਾਂ ਜਿਹੜੀ ਜੇ ਕੋਈ ਲੱਖਾਂ ਦੀ ਚੀਜ਼ ਹੈ ਤਾਂ ਉਹਨਾਂ ਨੇ ਹਜ਼ਾਰਾਂ 'ਚ ਵੇਚ ਕੇ ਆਪਦਾ ਨਸ਼ਾ ਪੂਰਾ ਕਰਨਾ ਹੁੰਦਾ, ਅਤੇ ਸਾਡਾ ਲੱਖਾਂ ਰੁਪਈਆਂ ਦੇ ਇਕੁਪਮੈਂਟ ਦੇਣ ਦਾ ਕੌਣ ਜ਼ਿੰਮੇਵਾਰ ਹੈ? ਤੁਸੀਂ ਦੇਖ ਸਕਦੇ ਵੀ ਡਾਕਟਰ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦੀ ਪਰੇਸ਼ਾਨੀ ਜਿਹੜੀ ਹੈ ਸਭ ਝੰਕਰੀ ਦਿਖਾਈ ਦੇ ਰਹੀ ਆ, ਕਿਉਂਕਿ ਉਹਨਾਂ ਨੇ ਕਹਿਣਾ ਵੀ ਇੰਤਜ਼ਾਮ ਹੈਗਾ, ਸਿਕਿਉਰਿਟੀ ਗਾਰਡ ਹੈਗਾ, ਲੇਕਿਨ ਉਸ ਦੇ ਬਾਵਜੂਦ ਵੀ ਚੋਰੀਆਂ ਹੋਣੀਆਂ ਕਿਤੇ ਨਾ ਕਿਤੇ ਜਿਹੜੀਆਂ ਸੋਈ ਆ, ਜਿੱਥੇ ਚੋਰਾਂ ਦੇ ਨਾਲ ਨਾਲ ਇਹ ਵੀ ਸ਼ੰਕਾ ਜਿਤਾਈ ਜਾਂਦੀ, ਕਦੇ ਮਿਲੀ ਭੁਗਤ ਤਾਂ ਨਹੀਂ? ਇਸ 'ਤੇ ਵੀ ਜਿਹੜੇ ਸਵਾਲ ਖੜ੍ਹੇ ਹੋ ਰਹੇ ਨੇ, ਭਾਵੇਂ ਇਹ ਜਾਂਚ ਦਾ ਵਿਸ਼ਾ ਪੁਲਿਸ ਜਾਂਚ ਕਰੇਗੀ ਵੀ ਆਖਿਰ ਇਹਦੇ ਪਿੱਛੇ ਕੀ ਕਾਰਨ ਹੈ, ਕਿਵੇਂ ਇਹ ਚੋਰੀਆਂ ਲਗਾਤਾਰ ਹੋ ਰਹੀਆਂ, ਕਿਵੇਂ ਕੀਮਤੀ ਸਮਾਨ ਜਿਹੜਾ ਚੁਰਾਇਆ ਜਾ ਰਿਹਾ ਜੋ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਂਦਾ, ਉਹ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ। ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ, ਦੈਨਿਕ ਸਵੇਰਾ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।